ਉਹ ਝੂਠ ਦੇ ਵਿੱਚ ਕਿੱਦਾਂ ਫਿਲਮ ਫਸ ਜਾਂਦੀ ਹੈ, ਇੱਕ ਇਮੋਸ਼ਨਲ ਬੈਕਡ੍ਰੌਪ ਦੇ ਉੱਤੇ ਇੱਕ ਕਾਮੇਡੀ ਫਿਲਮ ਅਸੀਂ ਲੈ ਕੇ ਆਏ ਹਾਂ। ਇਹ ਕੈਰੀਓਨ ਜੱਟਾ ਨਾਲੋਂ ਵਧੀਆ ਫਿਲਮ ਹੈ ਜੀ। ਕੈਰੀਓਨ ਜੱਟਾ ਸੀ ਕਿ ਪੰਚਸ ਦੀ ਕਮੇਡੀ, ਕੈਰੀਓਨ ਜੱਟਾ ਜਿਹੜੀ 3 ਆਪਾਂ ਫਨ ਕੀਤਾ, ਫੁੱਲ ਫਨ ਐਲੀਮੈਂਟ ਸੀਗਾ। ਲਾਈਕ ਅਸਲਾਮ ਅਲੈਕੁਮ, ਮੈਨੂੰ ਬਾਜੀ ਬਾਜੀ, ਮੈਂ ਤਾਹਿਰ ਬੁਖਾਰੀ ਤੁਹਾਡਾ ਮੁਖਾਤਬ ਹਾਂ। ਸਭ ਤੋਂ ਪਹਿਲੇ ਮੈਂ IMDC ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਨਾਲ ਤੁਹਾਡੇ ਨਾਲ ਮਿਲਾਪ ਦਾ ਉਹਨਾਂ ਨੇ ਮੌਕਾ ਦਿੱਤਾ ਤੇ ਉਹ ਇੱਥੇ ਜਿਹੜੀ ਭਾਰਤ ਬਣ ਗਿਆ ਨੇ ਫਿਲਮਾਂ ਪੰਜਾਬੀ, ਉਹਨਾਂ ਨੇ ਇੱਥੇ ਅੱਛੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ ਤੇ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਮੈਂ ਤੁਹਾਨੂੰ ਮੁਬਾਰਕਬਾਦ ਦੇਵਾਂਗਾ ਕਿ ਤੁਹਾਡੀ ਇੱਕ ਫਿਲਮ ਰਿਲੀਜ਼ ਹੋ ਰਹੀ ਹੈ, ਉੱਥੇ ਸੁਣਿਆ ਕਿ ਬੜਾ ਅੱਛਾ ਰਿਸਪਾਂਸ ਮਿਲਿਆ, ਔਰ ਅਸੀਂ ਤੋਂ ਉਹ ਕਰਨੇ ਕਿ ਪਾਕਿਸਤਾਨ 'ਚ ਵੀ ਲੋਕ ਇਹਨੂੰ ਪਸੰਦ ਕਰਨਗੇ ਕਿਉਂਕਿ ਤੁਹਾਡੀਆਂ ਫਿਲਮਾਂ ਇੱਥੇ ਸਭ ਸ਼ੌਕ ਨਾਲ ਦੇਖਦੇ ਨੇ। ਤੇ ਮੈਂ ਕਹਾਂਗਾ ਕਿ ਪਹਿਲੇ ਤੁਸੀਂ ਥੋੜਾ ਜਿਹਾ ਫਿਲਮ ਦੇ ਬਾਰੇ ਦੱਸੋ, ਕਿ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਤੁਹਾਡਾ ਗੱਲਬਾਤ ਹੋ ਰਹੀ ਹੈ, ਤੇ ਥੋੜਾ ਜਿਹਾ ਫਿਲਮ ਦੇ ਬਾਰੇ ਦੱਸੋ ਤੁਸੀਂ, ਆਪਣੇ ਆਪਣੇ ਕਿਰਦਾਰ ਦੇ ਬਾਰੇ ਥੋੜਾ ਥੋੜਾ। ਇਹ ਤਿੰਨ ਭਾਈਆਂ ਦੀ ਕਹਾਣੀ ਹੈ ਜੀ। ਤਿੰਨ ਭਰਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਦਿਖਦਾ ਨਹੀਂ ਹੈ, ਇੱਕ ਨੂੰ ਸੁਣਦਾ ਨਹੀਂ ਹੈ, ਇੱਕ ਬੋਲ ਨਹੀਂ ਸਕਦਾ, ਤੇ ਉਹਨਾਂ ਦੀ ਇੱਕ ਭੈਣ ਹੈ ਜਿਹਦਾ ਵਿਆਹ ਨਹੀਂ ਹੋ ਰਿਹਾ ਹੈਗਾ। ਇਸ ਕਰਕੇ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਜਿਹੜੇ ਜੀਨਸ ਨੇ ਉਹ ਅੱਗੇ ਟਰੈਵਲ ਕਰਦੇ ਆ, ਵੀ ਸ਼ਾਇਦ ਜੋ ਪ੍ਰੋਬਲਮ ਇਹਦੇ ਭਾਈਆਂ ਦੇ ਵਿੱਚ ਆ, ਅੱਗੇ ਜਾ ਕੇ ਉਹ ਕੁੜੀ ਦੇ ਬੱਚਿਆਂ 'ਚ ਵੀ ਆ ਸਕਦੀ ਆ। ਤੋ ਉਹ ਆਪਣੀ ਭੈਣ ਦਾ ਵਿਆਹ ਕਰਨ ਦੇ ਲਈ ਅਸੀਂ ਸ਼ੋਅ ਕਰਦੇ ਹਾਂ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਬਿਲਕੁਲ ਠੀਕ ਹੈ, ਝੂਠ ਬੋਲਦੇ ਹਾਂ। ਸੋ ਝੂਠ ਦੇ ਵਿੱਚ ਕਿੱਦਾਂ ਫਿਲਮ ਫਸ ਜਾਂਦੀ ਹੈ, ਇੱਕ ਇਮੋਸ਼ਨਲ ਬੈਕਡ੍ਰੌਪ ਦੇ ਉੱਤੇ ਇੱਕ ਕਾਮੇਡੀ ਫਿਲਮ ਅਸੀਂ ਲੈ ਕੇ ਆਏ ਹਾਂ, ਅਤੇ ਆਊਟ ਐਂਡ ਆਊਟ ਕਾਮੇਡੀ ਹੈ ਜੀ, ਜਿਹ 'ਚ ਰੱਜ ਕੇ ਤੁਹਾਨੂੰ ਹਸਾਉਂਦੇ ਹਾਂ, ਅਤੇ ਹਨੇਰੀ ਠਾਲ ਕਾਮੇਡੀ ਹੈਗੀ ਹੈ ਜੀ, ਅਤੇ ਉਮੀਦ ਆ ਸਾਰਿਆਂ ਨੂੰ ਵਧੀਆ ਲੱਗੂਗੀ। ਔਰ ਕੋਸ਼ਿਸ਼ ਕੀਤੀ ਹੈ ਕਿ ਜੋ ਕੈਰੀ ਔਨ ਜੱਟਾ ਦਾ ਲੈਵਲ ਅਸੀਂ ਸੈੱਟ ਕੀਤਾ ਸੀ, ਇਹ ਲੈਵਲ ਉਸ ਤੋਂ ਉੱਪਰ ਲੈ ਕੇ ਜਾਈਏ। ਮੈਂ ਇਹ ਕੈਰੀ ਔਨ ਜੱਟਾ ਨਾਲੋਂ ਵਧੀਆ ਫਿਲਮ ਹੈ ਜੀ। ਕੈਰੀ ਔਨ ਜੱਟਾ ਸੀ ਕਿ ਪੰਚਸ ਦੀ ਕਮੇਡੀ, ਕੈਰੀ ਔਨ ਜੱਟਾ ਜਿਹੜੀ 3 ਆਪਾਂ ਫਨ ਕੀਤਾ, ਫੁੱਲ ਫਨ ਐਲੀਮੈਂਟ ਸੀਗਾ। ਲਾਈਕ ਤੁਸੀਂ ਪੰਚਸ ਦੇ ਵਿੱਚ ਇੰਜੋਏ ਕਰਦੇ ਸੀ, ਇਹਦੇ ਵਿੱਚ ਤੁਹਾਡੇ ਕਰੈਕਟਰ ਫਸੇ ਹੋਏ ਆ, ਜਿਹੜੇ ਮੇਨ ਕਰੈਕਟਰ ਹੈ ਉਹ ਸਾਰੇ ਫਸ ਕੇ ਸਿਚੁਏਸ਼ਨ ਇਦਾਂ ਦੀ ਬਣ ਗਈ, ਤੁਹਾਡਾ ਆਪ ਮੁਹਾਰੇ ਹੱਸਾ ਨਿਕਲੂਗਾ, ਢਿੱਡੋਂ ਹੱਸੋਗੇ ਤੁਸੀਂ ਵੀ, ਕਮਾਲ ਹੋ ਗਈ ਯਾਰ ਕਿੱਦਾਂ ਦੀ ਆ। ਤੋ ਪਹਿਲੇ 10 ਮਿੰਟ ਜਦੋਂ ਕਰੈਕਟਰਾਈਜੇਸ਼ਨ ਜਦੋਂ ਆਪਾਂ ਕਰ ਦਿੰਦੇ ਹਾਂ, ਜਾਣ ਪਛਾਣ ਕਰਾ ਦਿੰਦੇ ਹਾਂ ਕਰੈਕਟਰਾਂ ਦੇ ਨਾਲ, ਉਦੋਂ ਬਾਅਦ ਫੁੱਲ ਔਨ ਜੀ, ਪੂਰਾ 2 ਘੰਟੇ ਦੀ ਪੂਰੀ ਫਨ ਰਾਈਡ ਹੈ ਜੀ। ਸਾਰੇ ਜਾਣੇ ਜਾ ਕੇ ਜ਼ਰੂਰ ਦੇਖੋ, ਬਹੁਤ ਹੀ ਵਧੀਆ ਫਿਲਮ ਹੈ, ਦਿਲੋਂ ਸਾਨੂੰ ਬਹੁਤ ਵਧੀਆ ਲੱਗੀ ਜੀ ਸਾਰਿਆਂ ਨੂੰ। ਅੱਛਾ ਕਿਵੀ ਭਾਜੀ, ਦੱਸੋ ਜੀ ਸਾਡੇ ਪਾਕਿਸਤਾਨ ਦੇ ਫਨਕਾਰ ਜਿਹੜੇ ਤੁਹਾਡਾ ਮਿਲ ਕੇ ਕੰਮ ਕਰ ਰਹੇ, ਤੇ ਤੁਸੀਂ ਕੀ ਮਹਿਸੂਸ ਕਰ ਰਹੇ ਜਿਸ ਵੇਲੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਉਸ ਵੇਲੇ ਉਹਦੇ ਬਾਅਦ ਫਿਲਮ ਬਣ ਕੇ ਆਉਂਦੀ ਹੈ, ਕੀ ਮਹਿਸੂਸ ਕਰਦੇ ਹੋ? ਉਹਦੇ ਕਹਿਣ ਕੋ ਫੈਮਿਲੀ ਵਾਲਾ ਮਾਹੌਲ ਹੈ ਜੀ ਸਾਡਾ, ਤੇ ਬਹੁਤ ਇੰਜੋਏ ਕਰੀਦਾ ਔਰ ਬਹੁਤ ਫਨ ਕਰੀਦਾ ਜੀ। ਅੱਛਾ ਭਾਜੀ, ਤੁਸੀਂ ਅੱਗੇ ਜ਼ਿਕਰ ਕੀਤਾ ਕਿ ਮੌਲਾ ਜੱਟ ਫਿਲਮ ਦੇਖੀ, ਤੁਸੀਂ ਪੁਰਾਣੀ ਮੌਲਾ ਜੱਟ ਵੀ ਦੇਖੀ? ਮੈਂ ਭਾਜੀ ਪੁਰਾਣੀ ਵੀ ਦੇਖੀ ਹੈ ਜੀ, ਨਵੀਂ ਵੀ ਦੇਖੀ ਹੈ, ਦੋਨਾਂ ਨੇ ਵੇਖੀ ਹੈ ਜੀ। ਤੇ ਪਾਕਿਸਤਾਨ ਦਾ ਤੁਸੀਂ ਕਿਹੜੇ ਫਨਕਾਰ ਨੂੰ ਪਸੰਦ ਕਰਦੇ ਹੋ? ਭਾਜੀ ਸਾਰਿਆਂ ਨੂੰ ਪਸੰਦ ਕਰਦੇ ਆ ਜੀ, ਸਾਰੇ ਸਾਡੇ ਭਰਾ ਨੇ। ਦੇਖੋ ਅਸੀਂ ਜ਼ਿਆਦਾ ਕੰਮ ਨਾਸਰ ਭਾਜੀ ਨਾਲ ਕਰ ਰਹੇ ਹਾਂ, ਤੇ ਸਾਨੂੰ ਉਹ ਮੈਨੂੰ ਉਹ ਬਹੁਤ ਵਧੀਆ ਲੱਗਦੇ ਆ, ਕਿਉਂਕਿ ਅਸੀਂ ਪਰਸਨਲੀ ਵੀ ਜਾਣਦੇ ਆ, ਉਹ ਇਨਸਾਨ ਵੀ ਬਹੁਤ ਵਧੀਆ ਨੇ। ਉਸ ਤੋਂ ਬਿਨਾਂ ਜੀ ਇਫਤਕਾਰ ਠਾਕੁਰ ਸਾਹਿਬ, ਉਸ ਤੋਂ ਬਿਨਾਂ ਅਕਰਮ ਸ਼ੇਖ ਜੀ, ਸੁਹੇਲ ਅਹਿਮਦ ਸਾਹਿਬ, ਉਸ ਤੋਂ ਬਾਅਦ ਫਵਾਦ ਹੋ ਗਿਆ, ਹਮਾਯੂ ਸਈਦ ਹੋ ਗਿਆ, ਮੇਵਿਸ਼ ਮਾਹਿਰਾ, ਅਸੀਂ ਸਾਰਿਆਂ ਨੂੰ ਦੇਖਦੇ ਹਾਂ ਜੀ। ਭਾਜੀ ਤੁਸੀਂ ਪਾਕਿਸਤਾਨੀ ਫਿਲਮਾਂ ਵੀ ਦੇਖੀਆਂ ਹੋਣਗੀਆਂ, ਡਰਾਮੇ ਵੀ ਦੇਖੇ ਹੋਣਗੇ, ਤੁਹਾਨੂੰ ਡਰਾਮਾ ਜ਼ਿਆਦਾ ਅੱਛਾ ਲੱਗ ਰਿਹਾ ਜਾਂ ਫਿਲਮਾਂ ਅੱਛਾ ਲੱਗੀਆਂ ਪਾਕਿਸਤਾਨ ਨੂੰ? ਭਾਜੀ ਸਾਨੂੰ ਵੈਸੇ ਤਾਂ ਫਿਲਮਾਂ ਹੀ ਅੱਛੀਆਂ ਲੱਗਦੀਆਂ ਜੀ, ਅਸੀਂ ਫਿਲਮੀ ਲਵਰ ਆ ਜ਼ਿਆਦਾ, ਪਰ ਅਸੀਂ ਡਰਾਮੇ ਵੀ ਬਹੁਤ ਦੇਖਦੇ ਹਾਂ ਉਹਨਾਂ ਦੇ, ਅਸੀਂ ਉਹਨਾਂ ਨੂੰ ਵੀ ਇੰਜੋਏ ਕਰਦੇ ਹਾਂ। ਐਜ਼ ਆਫ ਨਾਓ ਜਿਹੜੀ ਵੀ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਇੰਟਰਟੇਨ ਕਰਦੀ ਹੈ, ਚਾਹੇ ਕੋਈ ਬੰਦਾ ਇੰਟਰਵਿਊ 'ਚ ਬੈਠਾ ਹੀ ਗੱਲਾਂ ਮਾਰ ਰਿਹਾ ਹੋਵੇ, ਤੁਹਾਨੂੰ ਇੰਟਰਟੇਨ ਕਰ ਰਿਹਾ ਤਾਂ ਉਹ ਬਸ ਵਧੀਆ ਵਧੀਆ ਜੀ। ਬਹੁਤ ਵਧੀਆ ਮਹਿਸੂਸ ਕੀਤਾ ਜੀ ਔਰ ਬਹੁਤ ਵਧੀਆ ਲੱਗਿਆ, ਔਰ ਅਸੀਂ ਤਾਂ ਬਹੁਤ ਐਕਸਾਈਟਡ ਸੀਗੇ ਜੀ, ਬਾਬੇ ਦੇ ਘਰ ਆਉਣਾ ਸੀਗਾ, ਸੋ ਮੱਥਾ ਟੇਕਿਆ, ਬਹੁਤ ਵਧੀਆ ਲੱਗਿਆ, ਬਹੁਤ ਚੰਗਾ ਲੱਗਿਆ, ਔਰ ਜਦੋਂ ਵੀ ਆਉਂਦੇ ਹਾਂ ਇੱਧਰ ਤੇ ਹਮੇਸ਼ਾ ਹੀ ਵਧੀਆ ਲੱਗਦਾ ਵਾ, ਔਰ ਇੰਨਾ ਪਿਆਰ ਔਰ ਇੰਨਾ ਸਤਿਕਾਰ, ਇੰਨੇ ਫੈਨ ਮਿਲੇ, ਇੰਨੇ ਪਿਆਰ ਕਰਨ ਵਾਲੇ ਮਿਲੇ। ਅਸੀਂ ਤਾਂ ਜਦੋਂ ਐਂਟਰ ਕੀਤੇ ਆ, ਜਦੋਂ 0 ਲਾਈਨ ਟੱਪੇ ਤੇ ਉਧਰਲੇ ਪਾਸੇ ਬੱਸ ਚੜ੍ਹੇ, ਸੋ ਬੱਸ 'ਚ ਹੀ ਸਾਨੂੰ ਬੰਦੇ ਪਿਆਰ ਕਰਨ ਵਾਲੇ ਸਾਡੇ ਮਿਲ ਗਏ, ਮਿੱਤਰ ਬੇਲੀ, ਉਹ ਸਾਨੂੰ ਦੇਖਦੀ ਸਾਰੀ ਸ਼ੁਰੂ ਹੋ ਗਏ, ਕਹਿੰਦੇ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਤੇ ਗੱਲਾਂ ਚੱਲੀਆਂ, ਫਿਲਮਾਂ ਦੇ ਡਾਇਲੌਗ ਸ਼ੁਰੂ ਹੋ ਗਏ। ਸੋ ਵਾਪਸ ਆਉਣ ਤੱਕ ਜਦੋਂ ਤੱਕ ਅਸੀਂ 0 ਲਾਈਨ ਕ੍ਰੋਸ ਨਹੀਂ ਕੀਤੀ, ਇਹੀ ਗੱਲਾਂ ਚੱਲੀਆਂ, ਸੋ ਬਹੁਤ ਇੰਜੋਏ ਕੀਤਾ ਜੀ। ਤੁਸੀਂ ਇੱਕ ਫਿਲਮ ਜਿਹੜੀ ਬਣ ਰਹੀ ਹੈ IMDC ਤੋਂ, ਜੇ ਤੁਸੀਂ ਕੰਮ ਕਰ ਰਹੇ ਹੋ? ਬਿਲਕੁਲ ਜੀ ਬਿਲਕੁਲ, ਹੁਣ ਸਾਨੂੰ ਪਤਾ ਨਹੀਂ ਹੈ ਜੀ ਉਹ ਸਾਨੂੰ ਲੈ ਰਹੇ ਆ ਕਿ ਨਹੀਂ ਲੈ ਰਹੇ, ਅਸੀਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਟਾਈਮ ਦੇਣ ਦਾ, ਸ਼ੁਕਰੀਆ।